ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੱਲ੍ਹ ਜਿਹੜੀ ਘਟਨਾ ਵਾਪਰੀ ਆ ਨਾ, ਸਾਰਿਆਂ ਨੂੰ ਪਤਾ ਹੀ ਆ, ਪੰਜਾਬ ਦੇ ਵਿੱਚ ਸਿੰਗਰ ਸੀਗਾ, ਕਲਾਕਾਰ ਸੀਗਾ ਸਿੱਧੂ ਮੂਸੇਵਾਲਾ ਦੀ ਡੈਥ ਹੋ ਗਈ। ਮੈਨੂੰ ਸ਼ਾਮੀ ਜਦੋਂ ਉਹਦੀ ਡੈਥ ਹੋਈ ਨਾ, 15-20 ਮਿੰਟ ਸ਼ਾਇਦ ਜਾਂ ਅੱਧੇ ਘੰਟੇ ਬਾਅਦ ਫੋਨ ਆਇਆ ਕਿ ਇਹਦਾ ਵੀ ਇੱਦਾਂ ਇੱਦਾਂ ਗੱਲਬਾਤ ਹੋ ਗਈ ਆ। ਮੈਂ ਮੰਨਾ ਨਾ, ਮੈਂ ਕਿਹਾ ਸ਼ਾਇਦ, ਮੈਂ ਕਿਹਾ ਫੇਕ ਹੋਣਾ ਆ ਯਾਰ, ਅਸੀਂ ਵੀ ਹੁਣ ਯੂਟਿਊਬ ਚਲਾਉਂਦੇ ਹਾਂ, ਸਾਨੂੰ ਪਤਾ ਆ ਵੀ ਫੇਕ ਨਿਊਜ਼ ਆਉਂਦੀਆਂ ਰਹਿੰਦੀਆਂ ਚੈਨਲਾਂ 'ਤੇ। ਮੈਂ ਕਿਹਾ ਉੱਦਾਂ ਮਾੜਾ ਮੋਟਾ ਕੁਛ ਹੋਇਆ ਹੋਊਗਾ, ਸਾਲ ਕੁ ਬਾਅਦ ਕੋਈ ਨਾ ਕੋਈ ਪਾਉਂਦੇ ਰਹਿੰਦੇ ਵੀਡੀਓ ਵੀ ਇੱਦਾਂ ਹੋ ਗਈ ਆ। ਅਸੀਂ ਮੰਨੇ ਹੀ ਨਹੀਂ ਗੱਲ। ਫਿਰ ਮੈਂ ਘਰੇ ਫੋਨ ਕੀਤਾ, ਮੇਰੇ ਨੈੱਟ ਨਹੀਂ ਸੀ ਚੱਲਦਾ ਫੋਨ ਦੇ ਵਿੱਚ। ਫਿਰ ਮੈਂ ਘਰ ਫੋਨ ਕੀਤਾ, ਕਈ ਚੀਜ਼ 'ਤੇ ਸੱਚੀ ਨਿਊਜ਼ ਲਾ ਕੇ ਦੇਖੋ ਗੱਲਬਾਤ ਹੋਈ ਆ ਵੀ, ਉਹ ਕਹਿੰਦੇ ਵਾਕਈ ਹੋਈ ਆ। ਫਿਰ ਮੈਂ ਮੁੰਡਿਆਂ ਨੂੰ ਫੋਨ ਕੀਤੇ, ਫਿਰ ਪੂਰਾ ਕਨਫਰਮ ਕੀਤਾ। ਫਿਰ ਮਤਲਬ ਮੰਨਣ ਦੇ ਵਿੱਚ ਆਉਂਦਾ ਹੀ ਨਹੀਂ ਸੀ, ਯਕੀਨ ਜਿਹਾ ਨਹੀਂ ਹੁੰਦਾ ਹੈਗਾ ਯਾਰ, ਬੰਦਾ ਵਧੀਆ ਸੀਗਾ ਐਡਾ, ਅਤੇ ਇੱਦਾਂ ਕਿੱਦਾਂ ਹੋ ਸਕਦਾ ਆ। ਫਿਰ ਘਰ ਆ ਕੇ ਮੈਂ ਨੈੱਟ ਚਲਾ ਕੇ ਦੇਖਿਆ, ਜੋ ਵੀਡੀਓ ਦੇਖੀਆਂ ਹੋਸ਼ ਹੀ ਉੱਡ ਗਿਆ, ਅਤੇ ਗੋਲੀਆਂ ਮਾਰਤੀਆਂ ਸਿੱਧੀਆਂ ਹੀ, ਦੇਖ ਲਓ। ਫਿਰ ਜਿਹੜੇ ਪਿੰਡ ਵਾਲੇ ਸੀਗੇ, ਦੇਖ ਲਓ, ਉਹਨਾਂ ਨੇ ਕਿਸੇ ਨੇ ਗੱਡੀ ਨਹੀਂ ਦਿੱਤੀ। ਬਾਕੀ ਮੈਂ ਸ਼ਾਮੀ ਸਵੇਰੇ ਨਿਊਜ਼ ਦੇ ਵਿੱਚ ਦੇਖਦਾ ਰਿਹਾ, ਕਿਸੇ ਪਿੰਡ ਵਾਲੇ ਨੇ ਗੱਡੀ ਨਹੀਂ ਕਹਿੰਦੇ ਕੱਢ ਕੇ ਦਿੱਤੀ। ਇੱਕ ਵੀਰ ਸੀਗਾ, ਉਹਦਾ ਇੰਟਰਵਿਊ ਸੁਣ ਦਿਆ ਸੀਗਾ ਮੈਂ, ਜਿਨ੍ਹਾਂ ਨੇ ਗੱਡੀ 'ਚੋਂ ਉਹਦੇ ਵਿੱਚੋਂ ਕੱਢਿਆ, ਕਹਿੰਦਾ ਵੀ ਕਿਸੇ ਨੇ ਗੱਡੀ ਨਹੀਂ ਦਿੱਤੀ, ਸਾਡੇ ਕੋਲ ਮੋਟਰਸਾਈਕਲ ਸੀਗਾ, ਫਿਰ ਕੋਈ ਗਾਇਕ ਸੀਗਾ ਪਤਾ ਨਹੀਂ, ਫਿਰ ਉਹਦੀ ਗੱਡੀ ਦੇ ਵਿੱਚ ਰੱਖ ਕੇ ਫਿਰ ਕਹਿੰਦੇ ਹੋਸਪਿਟਲ ਲੈ ਕੇ ਗਏ। ਨਾਲ ਦਾ ਮੁੰਡਾ ਸੀ ਸ਼ਾਇਦ, ਉਹ ਇੱਕ ਮਰ ਗਿਆ, ਦੂਜੇ 'ਤੇ ਸ਼ਾਇਦ ਗੋਲੀ ਵੱਜੀ ਆ। ਅਤੇ ਬਾਕੀ ਪੁਲਿਸ ਵਾਲਿਆਂ ਦਾ ਜਿਹੜਾ ਉਹ ਵੀ ਵਿੱਚ ਬਿਆਨ, ਉਹ ਵੀ ਖਬਰਾਂ ਵਾਲੇ ਦੇ ਦਿੰਦੇ ਆ ਵੀ ਇਹਦੇ ਵਾਲੇ ਪਿਸਟਲ 'ਚੋਂ ਵੀ ਇਹਨੇ ਗੋਲੀਆਂ ਮਾਰੀਆਂ, ਦੇਖ ਲਓ ਅੱਗਿਓਂ ਗੋਲੀਆਂ ਆਈਆਂ ਅਤੇ ਇਹਨੇ ਵੀ ਆਪਣੇ ਪਿਸਟਲ 'ਚੋਂ ਫਾਇਰ ਕੱਢੇ। ਉਹ ਤੋਂ ਬਾਅਦ ਕਹਿੰਦੇ ਜਦੋਂ ਉਹਨਾਂ ਨੇ ਫਿਰ ਗੋਲੀਆਂ ਮਾਰੀਆਂ ਨਾ, ਫਿਰ ਉਹਨੇ ਬ੍ਰੈਸਟ ਮਾਰਿਆ ਸ਼ਾਇਦ ਕੋਈ ਵੱਡੀ ਕੰਧ ਨਾਲ, ਬ੍ਰੈਸਟ ਦਾ ਮਤਲਬ ਉਹਨਾਂ ਦਾ ਇੱਕੋ ਵਾਰੀ ਚੱਕ ਦੋ ਫੱਟੇ, ਉਹ ਕੰਮ ਹੋਇਆ। ਕਹਿੰਦੇ ਗੋਲੀਆਂ ਵੱਟੀਆਂ ਸੀ, ਕੋਈ ਕਹਿੰਦਾ 147 ਦੀਆਂ ਸੀਗੀਆਂ, ਕੋਈ ਕੁਛ ਕਹਿ ਦਿਆ, ਹਜੇ ਕਨਫਰਮ ਨਹੀਂ ਹੈ। ਪੁਲਿਸ ਵਾਲਿਆਂ ਨੂੰ ਤਾਂ ਚਲੋ ਪਤਾ ਲੱਗ ਹੀ ਜਾਂਦਾ ਹੈ, ਗੋਲੀਆਂ ਦੇਖ ਕੇ ਵੀ ਗੋਲੀਆਂ ਕਿਹੜੀ ਗੰਦ ਦੀਆਂ ਆ, ਸਾਰਾ ਉਹਨਾਂ ਨੂੰ ਤਾਂ ਪਤਾ, ਕੁਛ ਕੰਧਾਂ ਵੀ ਪਾੜੀਆਂ ਹੋਈਆਂ, ਦੇਖ ਲਓ। ਬੜਾ ਹੋਰ ਤਰ੍ਹਾਂ ਹੋਇਆ, ਮੈਨੂੰ ਯਕੀਨ ਹੀ ਨਹੀਂ ਸੀ ਹੋਣ ਦਿਆ, ਮੁੰਡਿਆਂ ਨੂੰ ਮੁੰਡੇ ਵੀ ਕਹਿਣੇ ਆ, ਇੱਦਾਂ ਹੋ ਹੀ ਨਹੀਂ ਸਕਦਾ ਯਾਰ। ਮਤਲਬ ਬੜਾ ਹੋਰ ਤਰ੍ਹਾਂ ਹੋਇਆ, ਅਸੀਂ ਜਦੋਂ ਉਹਦੇ ਘਰੇ ਵੀਡੀਓ ਬਣਾਉਣ ਗਏ ਸੀਗੇ, ਅਸੀਂ ਉਦੋਂ ਇਹ ਨਹੀਂ ਸੀ ਸੋਚ ਕੇ ਗਏ ਵੀ ਉਹਨੂੰ ਮਿਲ ਜਾਣਾ, ਸਾਨੂੰ ਵਧੀਆ ਲੱਗਦਾ ਸੀਗਾ, ਅਤੇ ਚੱਲ ਗਏ ਸੀਗੇ ਅਸੀਂ ਉਹ ਵੀਡੀਓ ਬਣਾਈ, ਬਸ ਇਹ ਸੀਗਾ ਸਾਨੂੰ ਮਿਲੇ ਨਹੀਂ ਅਸੀਂ, ਅਤੇ ਵਧੀਆ ਸੀਗਾ ਸਾਡੀ ਉੱਥੇ ਮੁੰਡੇ ਨਾਲ ਮਾੜੀ ਮੋਟੀ ਜਾਣ ਪਛਾਣ ਹੈਗੀ ਸੀ, ਉਹਨੂੰ ਫੋਨ ਕਰਕੇ ਫੇਰ ਗਏ ਸੀਗੇ। ਅਤੇ ਬਾਕੀ ਦੇਖ ਲਓ ਵੀ ਜਿਹੜੇ ਉਹਨੂੰ ਮਾੜਾ ਚੰਗਾ ਕਹਿੰਦੇ ਸੀਗੇ, ਉਹ ਅੱਜ ਉਹਦੀਆਂ ਪੋਸਟਾਂ ਪਾਉਂਦੇ ਆ ਵੀ ਜੋ ਵੀ ਹੋਇਆ ਚੰਗਾ ਨਹੀਂ ਹੋਇਆ। ਕੱਲ੍ਹ ਦੀ ਗੱਲ ਆ, ਹਜੇ ਉਹਨੂੰ ਗਾਲਾਂ ਕੱਢਣ ਦੇ ਨਹੀਂ, ਅੱਜ ਵੀਡੀਓ ਵੀ ਆਪਣੀਆਂ ਬਣੀਆਂ ਪਈਆਂ ਸੀਗੀਆਂ, ਉਹ ਫਿਰ ਮੈਂ ਅਪਲੋਡ ਨਹੀਂ ਕੀਤੀਆਂ, ਮੂਡ ਜਿਹਾ ਨਹੀਂ ਸੀਗਾ, ਦਿਲ ਨਹੀਂ ਕੀਤਾ, ਮੈਂ ਕਿਹਾ ਨਹੀਂ ਵੀਡੀਓ ਨਹੀਂ ਹਜੇ। ਤਾਂ ਮੈਸੇਜ ਵੀ ਮੈਨੂੰ ਆਈ ਜਾਂਦੇ ਸੀ, ਭਾਜੀ ਤੁਸੀਂ ਵੀਡੀਓ ਨਹੀਂ ਪਾਈ, ਵੀਡੀਓ ਮੂਡ ਹੀ ਨਹੀਂ ਸੀਗਾ। ਮੈਂ ਕਿਹਾ ਕੀ ਵੀਡੀਓ ਪਾਈਏ, ਹਜੇ ਦਿਲ ਜਿਹਾ ਹੀ ਨਹੀਂ ਕੀਤਾ, ਕਿਉਂਕਿ ਉਹਦੇ ਗਾਣੇ ਸੁਣੀ ਦੇ ਸੀਗੇ। ਫਿਰ ਉਹਦੇ ਘਰ ਜਾ ਕੇ ਪਾਣੀ ਪੀ ਕੇ ਆਏ, ਚਾਹ ਪੀ ਕੇ ਆਏ, ਅਤੇ ਹੁੰਦਾ ਹੀ ਆ ਥੋੜ੍ਹਾ ਜਿਹਾ ਹੋਰ ਤਰ੍ਹਾਂ, ਸਾਡੇ ਬੰਦੇ ਵੀ ਆ, ਸਾਡੇ ਬੰਦੇ ਉਹਦੇ ਨਾਲ ਰਹੇ ਆ ਬੜਾ ਚਿਰ, ਅਤੇ ਫਿਰ ਹੁੰਦਾ ਤਾਂ ਹੈਗਾ ਹੀ ਆ ਵੀ ਬੰਦਾ ਵੀ ਵਧੀਆ ਸੀਗਾ। ਬਾਕੀ ਪਤਾ ਨਹੀਂ ਕੀ ਗੱਲ ਸੀ, ਕੀ ਬਾ ਸੀ, ਆਪਾਂ ਨੂੰ ਕੋਈ ਗੱਲ ਦਾ ਨਹੀਂ ਗਾ ਪਤਾ ਅਸਲੀ ਕਹਾਣੀ ਕੀ ਸੀ, ਕਿਉਂਕਿ ਕਈ ਕੁਛ ਆਉਂਦੇ ਖਬਰਾਂ ਦੇ ਵਿੱਚ, ਕਿਸੇ ਨੇ ਜ਼ਿੰਮੇਵਾਰੀ ਲੈ ਲਈ ਆ, ਕੋਈ ਕੁਛ ਕਹੀ ਜਾਂਦਾ ਆ, ਹੁਣ ਆਪਾਂ ਤਾਂ ਨਿਊਜ਼ ਹੀ ਸੁਣਦੇ, ਆਪਾਂ ਨੂੰ ਕਿਹੜਾ ਅਸਲੀ ਹੈ ਤਾਂ ਪਤਾ ਸੱਚ ਕੀ ਸੀ, ਵੀ ਇੱਧਰੋਂ ਕੁਛ ਹੋਇਆ ਸੀ ਜਾਂ ਉੱਧਰੋਂ ਕੁਛ ਹੋਇਆ, ਆਪਾਂ ਨੂੰ ਕੋਈ ਗੱਲ ਦਾ ਨਹੀਂ ਗਾ ਪਤਾ। ਬਾਕੀ ਜੋ ਵੀ ਹੋਇਆ ਮਾੜਾ ਹੋਇਆ, ਇਹਨਾਂ ਦਾ ਹਿਸਾਬ ਨਾ ਕਰਦੇ, ਉੱਦਾਂ ਮਾੜਾ ਮੋਟਾ ਵਾਰਨਿੰਗ ਦੇ ਦਿੰਦੇ, ਕਦੇ ਗੋਲੀ ਉੱਦਾਂ ਸਾਈਡ 'ਤੇ ਮਾਰ ਦਿੰਦੇ, ਲੱਤ ਬਾਂਹ 'ਚ ਮਾਰ ਦਿੰਦੇ, ਪਰ ਜਾਨੂੰ ਤਾਂ ਉਹਨਾਂ ਨਾਲ ਮਾਰਦੇ। ਉਹਦੇ ਮਾਂ ਪਿਓ ਦਾ ਇਕੱਲਾ ਇਕੱਲਾ ਪੁੱਤ ਸੀਗਾ, ਇੰਨਾ ਕੁਛ ਉਹਨੇ ਬਣਾਇਆ, ਹੁਣ ਉਹ ਕਿਹੜੇ ਕੰਮ ਦਾ ਹੁਣ ਉਹ। ਬਾਕੀ ਜਦੋਂ ਕਿਸੇ ਦੀ ਆਈ ਹੁੰਦੀ, ਦੇਖ ਲਓ ਘਰੇ ਬੁਲਟ ਪਰੂਫ ਗੱਡੀ ਵੀ ਖੜੀ ਸੀ, ਕਹਿੰਦੇ ਦੋ ਗੱਡੀਆਂ, ਇੱਕ ਦੋਵੇਂ ਟਵੈਟਾ ਦੀ, ਇੱਕ ਫਾਰਚੂਨਰ, ਦੂਜੀ ਪਤਾ ਨਹੀਂ ਕਿਹੜੀ ਸੀ, ਕਹਿੰਦੇ ਲੈਂਡ ਕਰੂਜ਼ਰ ਪਤਾ ਨਹੀਂ, ਇੱਦਾਂ ਦੋਵੇਂ ਬੁਲਟ ਪਰੂਫ ਗੱਡੀਆਂ ਸੀਗੀਆਂ, ਦੋਵੇਂ ਨਹੀਂ ਲੈ, ਦੋਵਾਂ 'ਚੋਂ ਕੋਈ ਵੀ ਨਹੀਂ ਲੈ ਕੇ ਗਿਆ। ਬਾਕੀ ਕਹਿੰਦੇ ਸਿਕਿਉਰਟੀ ਗਾਰਡ ਵਾਲੇ ਜਿਹੜੇ ਹਟਾਏ ਸੀਗੇ, ਦੋ ਕਹਿੰਦੇ ਹੈਗੇ ਸੀਗੇ, ਉਹਨਾਂ ਨੂੰ ਵੀ ਨਹੀਂ ਨਾਲ ਲੈ ਕੇ ਗਿਆ। ਥਾਰ ਜਿਹੜੀ, ਥਾਰ ਵੀ ਘਰੇ ਨਵੀਂ ਖੜੀ ਸੀ, ਥਾਰ ਵੀ ਕਹਿੰਦੇ ਹੋਰ ਕਿਸੇ ਦੀ ਲੈ ਕੇ ਗਿਆ, ਪਤਾ ਨਹੀਂ ਹੁਣ ਰੱਬ ਜਾਣੇ ਉਹਦੀ ਥਾਰ ਸੀ ਜਾਂ ਹੋਰ ਕਿਸੇ ਦੀ, ਪਰ ਉਹ ਪੁਰਾਣੀ ਥਾਰ ਸੀ, ਨਵੀਂ ਨਹੀਂ। ਜਦੋਂ ਫਿਰ ਹੋਰ ਵੀ ਕਈ ਕੁਛ ਪੋਸਟਾਂ ਜਿਹੀਆਂ ਪੈਣ ਰਹੀਆਂ ਆ, ਕਹਿੰਦੇ 295 ਜਿਹੜਾ ਗਾਣਾ ਕੱਢਿਆ ਸੀਗਾ, ਕੱਲ੍ਹ ਤਰੀਕ ਵੀ ਉਹੀ ਸੀ। ਬਾਕੀ ਉਹਨੇ ਜਿਹੜਾ ਲਾਸਟ ਵਾਲਾ ਗਾਣਾ ਕੱਢਿਆ, ਦੇਖ ਲਓ, ਉਹ ਵੀ ਲਾਸਟ ਰਾਈਡ ਗਾਣੇ ਦਾ ਨਾਮ ਸੀਗਾ ਸ਼ਾਇਦ, ਮੈਂ ਹਜੇ ਸੁਣਿਆ ਨਹੀਂ, ਮਾੜਾ ਜਿਹਾ ਸੁਣਿਆ ਉਹ ਵੀ ਖਬਰਾਂ ਦੇ ਵਿੱਚ, ਜਿੱਦਾਂ ਚਮਕੀਲੇ ਨੇ ਵੀ ਕੱਢਿਆ ਸੀ ਨਾ, ਜਾਂਦੇ ਜਾਂਦੇ ਦੁਨੀਆ ਮੇਲਾ, ਦੁਨੀਆ 4 ਦਿਨ ਦਾ ਮੇਲਾ ਜਾਂ ਇੱਦਾਂ ਕੁਛ ਗਾਣਾ ਉਹਨੇ ਵੀ ਕੱਢਿਆ ਸੀ ਲਾਸਟ ਵਿੱਚ। ਅਤੇ ਬਾਕੀ ਕਹਿੰਦੇ ਆ ਵੀ ਜਦੋਂ ਬੰਦੇ ਦੀ ਆਈ ਹੋਵੇ ਨਾ, ਉਹਨੂੰ ਪਹਿਲਾਂ ਥੋੜ੍ਹਾ ਚਿਰ ਪਤਾ ਲੱਗ ਜਾਂਦਾ
ਉਹਨੂੰ ਨਾ ਰੱਬ ਆਪਣੇ ਆਪ ਹੀ ਉਹਦੇ ਕੋਲੋਂ ਕਈ ਚੀਜ਼ਾਂ ਕਰਵਾ ਲੈਂਦਾ ਆ ਜਿਹੜੀਆਂ ਬਾਅਦ 'ਚ ਸਦਾ ਦੀ ਰਹਿ ਜਾਂਦੀਆਂ ਆ। ਉਹੀ ਹੋਇਆ ਚੀਜ਼ਾਂ, ਕੁਝ ਕੁ ਚੀਜ਼ਾਂ ਜਾਂਦੇ ਜਾਂਦੇ ਕਰ ਗਿਆ, ਮੂੰਹ ਵੀ ਕਈ ਕੁਛ ਕਹਿ ਕੇ ਗਿਆ ਵੀ ਮੈਂ ਜਵਾਨੀ 'ਚ ਚੱਲ ਜਾਣਾ, ਬਥੇਰਾ ਕੁਛ ਹੁਣ ਜੋ ਜੋ ਖਬਰਾਂ 'ਚ ਦੇਖਣ ਦੇ ਆ ਨਾ ਹੁਣ ਉਹ। ਅਤੇ ਬਾਕੀ ਜੀ ਮੈਂ ਇੰਨਾ ਕਿ ਕੁਛ ਕਹਿਣਾ ਸੀਗਾ, ਅਤੇ ਆਪਾਂ ਜਿੱਦਣ ਮੂਡ ਹੋਇਆ ਉਦਣ ਵੀਡੀਓ ਪਾਵਾਂਗੇ, ਵੀਡੀਓ ਬਣੀਆਂ ਪਈਆਂ ਆ। ਰੱਬ ਉਹਨਾਂ ਦੇ ਮਾਂ ਪਿਓ ਨੂੰ ਉਹਦੇ ਨੂੰ ਬਲ ਬਖਸ਼ੇ ਅਤੇ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ। ਅਤੇ ਚੰਗਾ ਜੀ, ਫਿਰ ਇਹੋ ਹੀ ਕਹਿਣਾ ਸੀਗਾ ਮੈਂ। ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ।